ਅਕਾਲੀ ਦਲ ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਪੁਤਲਾ ਫੂਕਿਆ। 200 ਕਰੋੜ ਦੇ ਕਥਿਤ ਦਵਾਈ ਘਪਲੇ ਵਿੱਚ ਸਿੱਧੂ ਨੂੰ ਬਰਖਾਸਤ ਕਰਨ ਦੀ ਮੰਗ। ਅਕਾਲੀ ਦਲ ਜ਼ਿਲ੍ਹਾ ਮੋਹਾਲੀ ਯੂਥ ਵਿੰਗ, ਮਹਿਲਾ ਵਿੰਗ ਤੇ ਪਾਰਟੀ ਦੇ ਹੋਰਨਾਂ ਵਿੰਗਾਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਅੱਜ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਨੇੜੇ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਪੁਤਲਾ ਫੂਕ ਕੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਸਰਦਾਰ ਸਿੱਧੂ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਅਕਾਲੀ ਆਗੂਆਂ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਹਤ ਵਿਭਾਗ ਵਿੱਚ ਦਵਾਈਆਂ ਦੀ ਖਰੀਦ ਵਿੱਚ 200 ਕਰੋੜ ਰੁਪਏ ਦਾ ਘਪਲਾ ਕੀਤਾ ਹੈ, ਜਿਸ ਲਈ ਸਰਦਾਰ ਸਿੱਧੂ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕਰਕੇ ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਦੇ ਖਿਲਾਫ਼ ਪਹਿਲਾਂ ਵੀ ਲੈਂਡ ਮਾਫੀਆ ਅਤੇ ਰੇਤ ਮਾਫੀਆ ਨਾਲ ਮੇਲਜੋਲ ਰੱਖਣ ਦੇ ਇਲਜ਼ਾਮ ਲੱਗਦੇ ਆਏ ਹਨ ਅਤੇ ਹੁਣ ਸਿਹਤ ਵਿਭਾਗ ਵਿੱਚ ਦਵਾਈਆਂ ਦੀ ਖਰੀਦ ਵਿੱਚ ਕੀਤੇ ਗਏ 200 ਕਰੋੜ ਰੁਪਏ ਦੇ ਘਪਲੇ ਨੇ ਸਭ ਹੱਦਾਂ ਬੰਨੇ ਟੱਪ ਦਿੱਤੇ ਹਨ। ਦੇਖੋ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਸ਼ਾ ਛਡਾਓ ਕੇਂਦਰਾਂ ਦੇ ਨਾਲ ਮਿਲ ਕੇ 200 ਕਰੋੜ ਦੀਆਂ ਦਵਾਈਆਂ ਜੋ ਕਿ ਮਰੀਜ਼ਾਂ ਨੂੰ ਦਿੱਤੀਆਂ ਜਾਣੀਆਂ ਸੀ ਜਿਨ੍ਹਾਂ ਨੂੰ ਨਸ਼ੇ ਦੇ ਆਦੀ ਸੀ, ਉਹ 2 ਨੰਬਰ ਦੇ ਵਿੱਚ ਵੇਚ ਕੇ ਜਿੱਥੇ ਪੰਜਾਬ ਦੀ ਜਵਾਨੀ ਜਿਹਨਾਂ ਦਾ ਨਸ਼ਾ ਛੱਡ ਕੇ ਉਹਨਾਂ ਨੇ ਆਮ ਜੀਵਨ ਬਤੀਤ ਕਰਨਾ ਸੀ, ਜਿੱਥੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਕੀਤਾ, ਉੱਥੇ 200 ਕਰੋੜ ਦਾ ਘਪਲਾ ਕੀਤਾ, ਜੋ ਕਿ ਇੱਕ ਬਹੁਤ ਹੀ ਘਨੌਲੀ ਕਾਰਵਾਈ ਹੈ। ਇਹ ਜ਼ਮੀਰ ਤੋਂ ਗਿਰੀ ਹੋਈ ਕਾਰਵਾਈ ਹੈ। ਅਸੀਂ ਪੰਜਾਬ ਸਰਕਾਰ ਤੋਂ, ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੇ ਹਾਂ, ਗਵਰਨਰ ਪੰਜਾਬ ਤੋਂ ਮੰਗ ਕਰਦੇ ਹਾਂ ਕਿ ਬਲਬੀਰ ਸਿੰਘ ਸਿੱਧੂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਕੇ ਇਹ 200 ਕਰੋੜ ਦੇ ਜਿਹੜੇ ਘਪਲੇ ਆ ਉਹਦੀ ਤੁਰੰਤ ਜਾਂਚ ਕਰਾਈ ਜਾਵੇ, ਕਿਉਂਕਿ ਪੰਜਾਬ ਸਰਕਾਰ ਇੱਕ ਵਾਅਦਾ ਕਰਕੇ ਆਈ ਸੀ ਵੀ 5 ਹਫ਼ਤੇ ਦੇ ਵਿੱਚ ਨਸ਼ੇ ਖਤਮ ਕਰਨਗੇ, ਪਰ ਅੱਜ ਕੀ ਹੋ ਰਿਹਾ? ਅੱਜ ਸਿਹਤ ਮੰਤਰੀ ਨਸ਼ੇ ਵੇਚ ਰਿਹਾ, ਅੱਜ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ਿਆਂ ਦੀ ਤਾਦਾਦ ਵੱਧ ਚੁੱਕੀ ਹੈ, ਇਹਦੇ ਲਈ ਜਿਹੜੀ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਹੈ, ਇੱਥੋਂ ਦਾ ਵਜ਼ੀਰ ਬਲਬੀਰ ਸਿੰਘ ਸਿੱਧੂ ਉਹਦੇ ਲਈ ਜ਼ਿੰਮੇਵਾਰ। ਪਤਾ ਨਹੀਂ ਕਿੱਥੇ ਵੇਚੀ ਆ ਤੇ ਇਹ ਜਿਹੜੀ ਐਡਾ ਵੱਡਾ ਘਪਲਾ ਹੋਇਆ ਬਿਨਾਂ ਹੈਡ ਆਫ ਦੀ ਡਿਪਾਰਟਮੈਂਟ ਜਿਹੜਾ ਕਿ ਮੁੱਖ ਮੰਤਰੀ ਮੋਦੀ ਦੇ ਤੌਰ ਤੇ ਕੰਮ ਕਰਦਾ, ਅਫਸਰਾਂ ਦੀ ਐਡੀ ਸੁਰਤ ਨਹੀਂ ਕਿ ਆਪਣੇ ਮੰਤਰੀ ਦੇ ਧਿਆਨ ਤੋਂ ਬਿਨਾਂ ਹੀ ਐਡਾ ਵੱਡਾ ਘਪਲਾ ਕਰ ਦੇਣ ਦੇ ਜਿਹੜਾ ਕਿ 200-250 ਕਰੋੜ ਦੇ ਕਰੀਬ ਬਣਦਾ ਹੈ। ਸੋ ਬਲਬੀਰ ਸਿੰਘ ਦਾ ਕਿ ਇਹ ਆਦਤ ਰਹੀ ਹੈ, ਪਹਿਲਾਂ ਵੀ ਜਦੋਂ 20 ਸਾਲਾਂ ਤੋਂ ਇੱਥੇ ਇਸ ਮੋਹਾਲੀ ਹਲਕੇ 'ਚ ਰਾਜਨੀਤੀ ਕਰਦਾ ਰਿਹਾ ਹੈ, ਉਦੋਂ ਵੀ ਉਹਨੇ ਦੋਸ਼ ਲਾਉਂਦੇ ਰਹੇ ਹੈ ਕਿ ਜਿਹੜੀ ਦਵਾਈ ਹੈ ਜ਼ਹਿਰੀਲੀ ਦਵਾਈ ਪਲਾਉਂਦਾ ਰਿਹਾ ਹੈ, ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲ ਘੋੜ ਘੋੜ ਕੇ ਉਹ ਇਲੈਕਸ਼ਨਾਂ ਦੇ ਵੇਲੇ ਲੋਕਾਂ ਨੂੰ ਮਾਰਿਆ ਗਿਆ, ਜਿਹਦੇ ਨਾਲ ਆਪਾਂ ਨੇ ਦੇਖਿਆ ਮੌਤਾਂ ਵੀ ਇਲਾਕੇ ਦੇ ਵਿੱਚ ਹੋਈਆਂ ਸੀ ਅਤੇ ਉਸੇ ਰਸਤੇ ਦੇ ਬਲਬੀਰ ਸਿੰਘ ਨੂੰ ਫੇਰ ਚੱਲ ਰਿਹਾ। ਬੜੇ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਇੱਕ ਬੜਾ ਅਹਿਮ ਜਿਹੜਾ ਕਿ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਜੁੜਿਆ ਹੋਇਆ ਮਹਿਕਮਾ ਸਿਹਤ ਮੰਤਰੀ ਦੇ ਨਾਲ ਇਹਨੂੰ ਬਣਾ ਕੇ ਨਵਾਜ਼ਿਆ, ਜਿਹਦੇ ਬਿਲਕੁਲ ਵੀ ਕਾਬਿਲ ਨਹੀਂ। ਸਾਡੀ ਸਾਰਿਆਂ ਦੀ ਇਹ ਅਪੀਲ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਜਲਦ ਤੋਂ ਜਲਦ ਇਸ ਘਟੀਆ ਬੰਦੇ ਨੂੰ ਅਜਿਹੇ ਇੱਕ ਅਹਿਮ ਅਹੁਦੇ ਤੋਂ, ਅਹਿਮ ਮੰਤਰਾਲੇ ਤੋਂ ਬਰਖਾਸਤ ਕਰਕੇ ਤੇ ਜੇਲ੍ਹ ਦੇ ਅੰਦਰ ਸਿੱਟਿਆ ਜਾਣਾ ਚਾਹੀਦਾ। ਇਸ ਮੌਕੇ ਅਕਾਲੀ ਆਗੂਆਂ, SGPC ਮੈਂਬਰ ਪਰਮਜੀਤ ਕੌਰ ਲਾਂਡਰਾ, ਅਕਾਲੀ ਦਲ ਜ਼ਿਲ੍ਹਾ ਮੋਹਾਲੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਕਾਲੋ, ਯੂਥ ਅਕਾਲੀ ਦਲ ਜ਼ਿਲ੍ਹਾ ਮੋਹਾਲੀ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਬੈਕਵਰਡ ਕਲਾਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਮੁਖ ਸਿੰਘ ਸੋਹਲ, ਅਕਾਲੀ ਦਲ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਕੰਗ, ਨਗਰ ਨਿਗਮ ਦੇ ਕੌਂਸਲਰਾਂ RP ਸ਼ਰਮਾ, ਅਰੁਣ ਸ਼ਰਮਾ, ਸੁਰਿੰਦਰ ਸਿੰਘ ਰੋਡਾ, ਪਰਮਿੰਦਰ ਸਿੰਘ ਤਸਿੰਬਲੀ, ਜਸਵੀਰ ਕੌਰ ਅਤਲੀ, ਕਮਲਜੀਤ ਕੌਰ, ਰਮਨਪ੍ਰੀਤ ਕੌਰ, ਰਜਨੀ ਗੋਇਲ, ਕਮਲਜੀਤ ਸਿੰਘ ਰੂਬੀ, ਉਪਿੰਦਰਜੀਤ ਕੌਰ, ਸਾਰੇ ਕੌਂਸਲਰਾਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਭ੍ਰਿਸ਼ਟਾਚਾਰੀਆਂ ਦਾ ਟੋਲਾ ਹੈ ਅਤੇ ਇਸ ਤੋਂ ਪਹਿਲਾਂ ਵੀ ਪੰਜਾਬ ਦੀ ਕੈਪਟਨ ਸਰਕਾਰ ਦੇ ਕਈ ਮੰਤਰੀਆਂ ਖਿਲਾਫ਼ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਚੁੱਕੇ ਹਨ। ਬੁਲਾਰਿਆਂ ਨੇ ਮੰਗ ਕੀਤੀ ਕਿ ਬਲਬੀਰ ਸਿੰਘ ਸਿੱਧੂ ਨੂੰ ਮੰਤਰੀ ਮੰਡਲ ਵਿੱਚੋਂ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਮਾਮਲੇ ਦੀ ਪੂਰੀ ਜਾਂਚ ਕਰਕੇ ਸਿੱਧੂ ਖਿਲਾਫ਼ ਕਾਰਵਾਈ ਕੀਤੀ ਜਾਵੇ। ਮੋਹਾਲੀ ਤੋਂ ਸਕਾਈ ਹੱਕ ਟਾਈਮਜ਼ ਦੀ ਰਿਪੋਰਟ।